ਹਾਲਾਂਕਿ ਅਜੇ ਪੰਜਾਬ ਦੀਆਂ 4 ਵਿਧਾਨ ਸਭਾਵਾਂ ਗਿੱਦੜਵਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀਆਂ ਉਪ ਚੋਣਾਂ ਦਾ ਤਰੀਕਾਂ ਦਾ ਐਲਾਨ ਨਹੀਂ ਹੋਇਆ, ਪਰ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰ ਅਤੇ ਸੁਖਵੀਰ ਸਿੰਘ ਬਾਦਲ ਦੇ ਨਿੱਜੀ ਦੋਸਤ ਰਹੇ ਹਰਦੀਪ ਸਿੰਘ ਢਿੱਲੋਂ ਦੇ ਆਪ ਵਿੱਚ ਸ਼ਾਮਲ ਹੋ ਜਾਣ ਦੀ ਘਟਨਾ ਨੇ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਜਿਹਾ ਲੈ ਕੇ ਆਉਂਦਾ ਹੈ, ਜਿਸ ਨਾਲ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ, ਖਾਸ ਕਰ ਗਿੱਦੜਵਾਹਾ ਵਿਧਾਨ ਸਭਾ ਦੀ ਉਪ ਚੋਣ, ਪੰਜਾਬ ਦੀ ਸਿਆਸਤ ਦਾ ਸਭ ਤੋਂ ਚਰਚਿਤ ਵਿਸ਼ਾ ਬਣ ਗਈ ਹੈ ਡੰਡੀ। ਹੁਣ ਤੱਕ ਦੀਆਂ ਸਥਿਤੀਆਂ ਅਨੁਸਾਰ ਇਹ ਸੀਟ ਇੱਕ VIP ਸੀਟ ਬਣ ਗਈ ਹੈ, ਪਰ ਇਹ ਸੀਟ ਅਕਾਲੀ ਦਲ ਲਈ ਤਾਂ ਜੀਵਨ ਮਰਨ ਦਾ ਸਵਾਲ ਬਣਦੀ ਜਾਪਦੀ ਹੈ, ਕਿਉਂਕਿ ਇਹ ਇਲਾਕਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਡੰਡੀ। ਹੁਣ ਜੇਕਰ ਅਕਾਲੀ ਦਲ ਇਹ ਸੀਟ ਨਹੀਂ ਜਿੱਤਦਾ ਜਾਂ ਘੱਟੋ ਘੱਟ ਬਹੁਤ ਥੋੜ੍ਹੇ ਫਰਕ ਨਾਲ ਦੂਸਰੇ ਨੰਬਰ ਉੱਤੇ ਨਹੀਂ ਆਉਂਦਾ, ਤਾਂ ਇਹ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਈ ਇੱਕ ਵੱਡਾ ਝਟਕਾ ਹੋਵੇਗਾ ਡੰਡੀ। ਪਰ ਜੇਕਰ ਅਕਾਲੀ ਦਲ ਇਹ ਸੀਟ ਜਿੱਤ ਜਾਂਦਾ ਹੈ ਤਾਂ ਇਹ ਅਕਾਲੀ ਦਲ ਬਾਦਲ ਦੇ ਸੱਤਾ ਵੱਲ ਪਰਤਣ ਦਾ ਠੀਕ ਉਸੇ ਤਰ੍ਹਾਂ ਹੀ ਆਧਾਰ ਬਣ ਸਕਦੀ ਹੈ ਜਿਵੇਂ ਅਕਾਲੀ ਦਲ ਲਈ 1995 ਦੀ ਗਿੱਦੜਵਾਹਾ ਉਪ ਚੋਣ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਸਟਾਰਟ ਜਿੱਤ ਆਧਾਰ ਬਣੀ ਸੀ ਡੰਡੀ। ਪਰ ਇਸ ਦਰਮਿਆਨ ਅਕਾਲੀ ਦਲ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਕੀ ਅਸਰ ਪੈਂਦਾ ਹੈ ਇਹ ਵੀ ਵੇਖਣ ਵਾਲੀ ਗੱਲ ਹੈ ਡੰਡੀ। ਸਾਡੀ ਸਮਝ ਅਨੁਸਾਰ ਜਿਸ ਤਰ੍ਹਾਂ ਇੱਕ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨ ਕੇਵਲ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਵਿੱਚ ਸਿਰਸਾ ਡੇਰੇ ਦੇ ਸਾਧ ਦੀ ਮੁਆਫ਼ੀ ਦੇ ਮਾਮਲੇ ਵਿੱਚ ਸਾਬਕਾ ਸਿੰਘ ਸਾਹਿਬਾਨ ਗਿਆਨੀ ਗੁਰਵਚਨ ਸਿੰਘ ਅਤੇ ਬਾਕੀ ਜਥੇਦਾਰਾਂ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਅਤੇ ਹੋਰ ਧਿਰਾਂ ਨੂੰ ਜਵਾਨੀ ਅਤੇ ਲਿਖਤੀ ਰੂਪ ਵਿੱਚ ਆਪੋ ਆਪਣੀਆਂ ਵੀ ਸਲਾਹਾਂ ਦੇ ਰਹੀਆਂ ਹਨ। ਉਸ ਕਾਰਨ ਇਹ ਮਾਮਲਾ ਜ਼ਿਆਦਾ ਅਹਿਮੀਅਤ ਧਾਰਨ ਕਰ ਗਿਆ ਹੈ ਡੰਡੀ। ਸਿੰਘ ਸਾਹਿਬਾਨ ਉੱਤੇ ਵੀ ਇਸ
ਸੰਬੰਧੀ ਕਾਫ਼ੀ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਡੰਡੀ ਇਸ ਦਰਮਿਆਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਪਹਿਲਾਂ ਬਲਵਿੰਦਰ ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਕੇ ਸਥਿਤੀ ਨੂੰ ਸੁਧਾਰਨ ਵੱਲ ਵੀ ਇੱਕ ਕਦਮ ਚੁੱਕਿਆ ਹੈ। ਡੰਡੀ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਲਈ ਦੋ ਗੱਲਾਂ ਬਹੁਤ ਲਾਭਦਾਇਕ ਜਾਪਦੀਆਂ ਹਨ। ਡੰਡੀ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਉਮੀਦਵਾਰ ਖੜ੍ਹੇ ਨਹੀਂ ਕੀਤੇ।